ਲੈ ਵੀ ਆਹ ਹਾਲ ਆ ਪੰਪ ਦਾ ਦੇਖ ਲਓ ਨੀਲੇ ਬਾਰਨੇ ਵਾਲਾ ਕੀ ਬਣਿਆ ਪਿਆ ਪੰਪ ਟਰਿਆ ਪਹਿਲਾ ਪੱਲਾ ਹੁਣ ਪਤਾ ਲੱਗੂ ਆ ਪਾਵਰ ਵੀ ਚੱਲਦਾ ਕਿ ਨਹੀਂ 12 ਇੰਚ ਦੋ ਕਿੱਕਰ ਦੀਆਂ ਬੇਸਾਂ ਦੋਨੇ ਸੜੀਆਂ ਹੋਈਆਂ ਨੇ ਡੀਜ਼ਲ ਦੀਆਂ ਬੋਤਲਾਂ ਐਂ ਕਰਕੇ ਐਂ ਡੋਣੀਆਂ ਠੀਕ ਹੈ ਰੈਡ ਹਾਰਸ ਪਹਿਲਾਂ ਮੈਂ ਨਾਮ ਰੱਖਣ ਤੋਂ ਪਹਿਲਾਂ ਮੈਂ ਢੱਕ ਰੱਖਿਆ ਹੋਇਆ ਹਾਂਜੀ ਵੈਲਕਮ ਹੈ ਜੀ ਸਭ ਦਾ ਆਪਣੀ ਹੋਰ ਨਵੇਂ ਵਲੌਗ ਦੇ ਵਿੱਚ ਉੱਪਰ ਸਵੇਰੇ ਸਵੇਰੇ ਪਹੁੰਚ ਗਿਆ ਹਾਈ ਟੈਕ ਮੇਰੇ ਕੋਲ ਉੱਪਰ ਦਾ ਕਹਿੰਦੇ ਬੇਸਾਂ ਵਾਲਾ ਕੰਮ ਸਟਾਰਟ ਹੋ ਗਿਆ ਕੀ ਖਬਰ ਹੈ ਜੀ ਹੁਣ ਤੱਕ ਦੀ ਖਬਰ ਹੋਰ ਉੱਡੀ ਹੋਈ ਆ ਵੀ ਤੇਲ ਹੋ ਗਏ ਬੰਦ ਦਸਤ ਲੈਣ ਵਾਸਤੇ ਵੀ ਕੋਈ ਧਰਨੇ ਲੱਗੇ ਹੋਏ ਆ ਤੇ ਆਪਣੇ ਪਿੰਡ ਵਾਲੇ ਪੰਪ ਤੇ ਕਹਿੰਦੇ ਫੁੱਲ ਘੱਟ ਆ ਆਹ ਨੇੜੇ ਪੰਪ ਆਪਣਾ ਫੁੱਲ ਘੱਟ ਆ ਉੱਥੇ ਜਾ ਕੇ ਦਿਖਾ ਕੇ ਆਉਂਦੇ ਆ ਤੁਹਾਨੂੰ ਲਾਈਨ ਲੱਗੀ ਪਈ ਆ ਕਹਿੰਦੇ ਮੋਟਰਸਾਈਕਲਾਂ ਦੀ ਸਾਰੇ ਪੰਪਾਂ ਦੇ ਬੁਰੇ ਹਾਲ ਹੀ ਆ ਜਨਤਾ ਦੀਆਂ ਵੀਡੀਓ ਆ ਰਹੀ ਆ ਪੰਪ ਪੂਰੇ ਭਰੇ ਪਏ ਆ ਕਹਿੰਦੇ ਵੀਰੇ ਤੁਸੀਂ ਭਰਾ ਲਿਆ ਤੇਲ ਆਪਣੇ ਅੱਧੀ ਟੈਂਕੀ ਹੈਗੀ ਆ ਅੱਧੀ ਟੈਂਕੀ ਆ ਗੱਡੀ ਦੀ ਹੈਗੀ ਆ ਆਪਣੇ ਵਾਲੇ ਦੀ ਮੋਟਰਸਾਈਕਲ ਦੀ ਟੈਂਕੀ ਫੁੱਲ ਆ ਕਹਿੰਦੇ ਖੜ ਜਾਓ ਸੂਈ ਤਾਂ ਨੂੰ ਜਾ ਰਹੀ ਆ ਆਪਣੀ ਪਹਿਲਾਂ ਹੀ ਫੁੱਲ ਸੀ ਮੇਰਾ ਮੋਟਰਸਾਈਕਲ ਕੱਲ੍ਹ ਫੁੱਲ ਹੋ ਗਿਆ ਸੀਗਾ ਠੀਕ ਆ ਵੀ ਆਹ ਕੰਮ ਹੋਣਾ ਵੀਰੇ ਨੇ ਵੀ ਕਿਸੇ ਨੂੰ ਦੱਸਿਆ ਨਹੀਂ ਨਾਲੇ ਨੱਤੀ ਨੂੰ ਪਤਾ ਲੱਗ ਗਿਆ ਸੀਗਾ ਤੇ ਪਿੰਡ ਵਾਲੇ ਪੰਪ ਤੇ ਕਹਿੰਦੇ ਫੁੱਲ ਮੇਲੇ ਲੱਗੇ ਪਏ ਆ ਹੁਣ ਸਾਰੇ ਪੰਪਾਂ ਤੇ ਤਾਂ ਲੋ ਵੀ ਕਹਿੰਦੇ ਨਾਲ ਨਾਲ ਡੈੱਕ ਚਲਾ ਕੇ ਦੇਖਦੇ ਆ ਵੀ ਕਿਹੜੀ ਚੀਜ਼ ਚੱਲਦੀ ਆ ਕਿਹੜੀ ਖੜੀ ਆ ਇੱਕ ਸ਼ਾਇਦ ਬੇਸ ਵੀ ਉਹ ਜਾਮ ਗਈ ਆ ਮੱਚ ਗਈ ਮਤਲਬ ਅੰਦਰ ਲੋ ਵੀ ਉਹ ਹਾਲ ਆ ਪੰਪ ਮੂਹਰੇ ਕਹਿੰਦੇ ਫੁੱਲ ਘਾਠਾ ਫੁੱਲ ਜਾਮ ਲੱਗ ਗਿਆ ਜਾਮ ਪੰਪ ਮੂਹਰੇ ਆਹ ਹਾਲ ਆ ਪੈਟਰੋਲ ਪੰਪ ਦਾ ਚੈੱਕ ਕਰੋ ਭੀੜ ਪਹਿਲਾਂ ਤਾਂ ਬਹੁਤ ਸੀ ਹੁਣ ਘੱਟ ਗਈ ਤੇਲ ਮੁੱਕੀ ਵੀ ਜਾਂਦਾ ਪੰਪ ਅੱਜ ਘੱਟ ਵਧੀ ਜਾਂਦੇ ਆ ਵੀ ਆਪਾਂ ਪੰਪ ਕੋਲੇ ਪਹੁੰਚ ਗਏ ਤੇ ਹੁਣ ਤੁਹਾਨੂੰ ਪੰਪ ਦੀ ਰੌਣਕ ਦਿਖਾਉਂਦੇ ਆ ਕੀ ਦਿਖਾਉਂਦੇ ਆ ਰੌਣਕ ਪੰਪ ਦੀ ਰੌਣਕ ਦਿਖਾਉਂਦੇ ਆ ਉਹ ਕੌਣ ਨਿੰਦੀ ਕਿੱਦਾਂ ਨਿੰਦੀ ਬਾਈ ਜੀ ਕੋ ਚੱਲਦੇ ਆ ਲੈ ਵੀ ਆਹ ਹਾਲ ਆ ਪੰਪ ਦਾ ਦੇਖ ਲਓ ਨੀਲੇ ਬਾਰਨੇ ਵਾਲਾ ਕੀ ਬਣਿਆ ਪਿਆ ਪੰਪ ਦਾ ਕਹਿੰਦੇ ਭੀੜ ਭੜਾਕਾ ਭੀੜ ਭੜਾਕਾ ਜਾਂ ਤਾਂ ਇੱਕ ਦੂਜੇ ਚੜ ਚੜ ਜਾਂਦੇ ਆ ਤੇਲ ਪਾਉਣ ਟੱਕਾ ਸ਼ਾਹੀ ਫੁੱਲ ਹੋ ਰਹੀ ਆ ਕਹਿੰਦੇ ਉਹ ਨਿੰਦੀ ਬਾਈ ਜੀ ਦੀ ਵਾਰੀ ਆ ਗਈ ਨੀਲੇ ਬਾਰਨੇ ਵਾਲੇ ਦੀ ਉਹ ਦੇ ਤੇਲ ਕਹਿੰਦੇ ਪਵਾਈ ਲੈ ਨਿੰਦੀ ਬਾਈ ਨੇ ਧੱਕੇ ਧੁੱਕੇ ਨਾਲ ਲਓ ਵੀ ਮਨਸੂਰਾਂ ਵਾਲੇ ਪੰਪ ਤੇ ਤਾਂ ਕਹਿੰਦੇ ਫੁੱਲ ਮੇਲਾ ਲੱਗ ਗਿਆ ਤੇ ਕਿਹੜੇ ਪੰਪਾਂ ਦੇ ਮੇਲਾ ਲੱਗਾ ਹੋਇਆ ਕਮੈਂਟ ਕਰਕੇ ਦੱਸੋ ਇੱਧਰ ਫੁੱਲ ਰਾਸ਼ ਆ ਜਾਂਦੇ ਜਾਮ ਫੁੱਲ ਚੈੱਕ ਕਰਨ ਆਏ ਸੀਗੇ ਕੀ ਹਾਲਾਤ ਨੇ ਇਹ ਫੁੱਲ ਰਾਸ਼ ਆ ਜਾਂਦੇ ਮੇਲਾ ਲੱਗਿਆ ਪਿਆ ਮੇਲਾ ਲਓ ਵੀ ਕਹਿੰਦੇ ਪੰਪ ਤੇ ਗੇੜਾ ਕੱਢ ਕੇ ਆਏ ਸੀ ਮੇਲਾ ਹੀ ਲੱਗਿਆ ਪਿਆ ਹੁਣ ਚੋਬਰ ਕੋਲੇ ਆ ਕੇ ਟ੍ਰੀਟਮੈਂਟ ਹੋ ਰਿਹਾ ਹੈਨਾ ਫਿਰ ਡਾਕਟਰ ਸਾਹਿਬ ਚੈੱਕ ਕਰ ਰਿਹਾ ਵੀ ਕੀ ਹੋਇਆ ਫਿਰ ਡਾਕਟਰ ਸਾਹਿਬ ਹਾਈ ਟੈਕ ਵੀ ਦਾ ਫਿਰ ਦੱਸੂਗਾ ਹੋਇਆ ਕੀ ਆ ਤੇ ਕੀ ਨਹੀਂ ਵੀ ਕਹਿੰਦੇ ਪਹਿਲਾ ਪੱਲਾ ਖੋਲ ਲਿਆ ਇੱਧਰ ਲਓ ਵੀ ਕਹਿੰਦੇ ਪੱਟ ਰਿਹਾ ਪਹਿਲਾ ਪੱਲਾ ਹੁਣ ਪਤਾ ਲੱਗੂ ਆ ਐਂਪਾਂ ਬਾਰੇ ਵੀ ਚੱਲਦਾ ਕਿ ਨਹੀਂ ਇੱਕ ਐਂਪ ਖਰਾਬ ਹਾਲੇ ਤੱਕ ਇੱਕ ਹੀ ਨਿਕਲਿਆ ਖਰਾਬ ਬਾਕੀ ਚੈੱਕ ਕਰਦੇ ਆ ਕੀ ਹਾਲਾਤ ਨੇ ਲਓ ਇਹ ਮੁੰਡੇ ਹੁਣ ਬੇਸਾਂ ਖੋਲ ਕੇ ਚੈੱਕ ਕਰ ਰਹੇ ਆ ਹੁਣ ਆਪਾਂ ਆਹ ਬੇਸ ਖੋਲ ਕੇ ਇਹਦੇ ਨਾਲ ਆਪਾਂ ਬੇਸ ਵਾਲੀ ਵਾਇਰਿੰਗ ਨਾਲ ਆਪਾਂ ਲਾਈਟ ਜੋੜਤੀ ਹੁਣ ਉਧਰੋਂ ਜਦੋਂ ਕਰੰਟ ਛੱਡਾਂਗੇ ਜੇ ਤਾਂ ਲਾਈਟ ਚੱਲ ਪਈ ਤਾਂ ਸਮਝ ਲਓ ਬੇਸ ਖਰਾਬ ਹੈਨਾ ਆਈ ਆ ਜੇ ਮੈਂ ਕਿਹਾ ਲਾਈਟ ਚੱਲ ਪਈ ਹਾਲੀ ਫਿਰ ਬੇਸ ਖਰਾਬ ਆ ਕਿਉਂਕਿ ਬੇਸ ਚੱਲੀ ਨਹੀਂ ਪਹਿਲਾਂ ਬੇਸ ਫਿਰ ਮੱਚ ਗਈ ਇਹਦਾ ਹਿਸਾਬ ਨਾਲ ਕਿਉਂਕਿ ਬੇਸ ਆਕੜੀ ਵਾਲੀ ਪਈ ਆ ਅਤੇ ਜੇ ਤਾਂ ਲਾਈਟ ਚੱਲ ਪਈ ਕਰੰਟ ਛੱਡੇ ਤਾਂ ਫਿਰ ਤਾਂ ਬੇਸ ਖਰਾਬ ਆ ਜੇ ਨਾ ਚੱਲੀ ਫਿਰ ਵਾਇਰਿੰਗ 'ਚ ਨੁਕਸ ਆ ਫਿਰ ਇਹਦੀ ਵਾਇਰਿੰਗ ਚੇਂਜ ਕਰਨੀ ਪੈਣੀ ਆਹ ਬੇਸ ਦੀ ਹੁਣ ਆਹ ਬੇਸ ਵੀ ਖੋਲ ਲਈ ਹੁਣ ਸਾਰਾ ਕੁਝ ਚੈੱਕ ਕਰ ਰਿਹਾ ਛੋਟੀ ਬੈਟਰੀ ਨਾਲ ਕਿਵੇਂ ਕਿਵੇਂ ਕੀ ਸਕਦਾ ਵਾ ਇਹ ਵੀ ਸੜਿਆ ਹੋਇਆ ਪਤਾ ਕਿੱਥੋਂ ਲੱਗਿਆ ਉਹ ਵਿੱਚ ਦੀ ਕੋਇਲ ਦੇ ਨਾਲ ਟੁੱਟ ਗਈ ਜਮੀ ਉਹਦੇ ਥੋੜੀਆਂ ਤਾਰਾਂ ਨੇ ਚਾਰ ਕਦੀ ਨਹੀਂ ਨਾ ਚਾਰ ਹਾਂ ਉਹ ਦੇ ਉਹ ਇੰਨੀ ਹੁੰਦੀ ਨਾਲ ਲੰਬੀ ਜੁੜੀ ਠੀਕ ਆ ਹੁਣ ਵੇਲ ਹੀ ਹੈ ਵੇਲ ਪੈ ਗਿਆ ਪੂਰਾ ਹਨਾ ਇਹ ਬੇਸਾਂ ਦੋਨੇ ਖਰਾਬ ਆ 12 ਇੰਚੀ ਤੇ ਕਿੱਕਰ ਦੀ ਬੇਸ ਆ ਨਾ ਇਹ ਕਿੱਕਰ ਦੀਆਂ 12 ਇੰਚੀ ਦੋਨੇ ਖਰਾਬ ਹੋ ਗਈਆਂ ਲਓ ਵੀ ਹੁਣ ਤੱਕਰ ਦਾ ਜਿੰਨਾ ਇਹਦਾ ਕੰਮ ਛੇੜਿਆ ਇਹਦਾ ਪਤਾ ਲੱਗ ਗਿਆ ਜਿਹੜੀਆਂ ਮੂਹਰਲੀਆਂ 12 ਇੰਚੀ ਦੋ ਕਿੱਕਰ ਦੀਆਂ ਬੇਸਾਂ ਇਹ ਦੋਨੇ ਸੜੀਆਂ ਹੋਈਆਂ ਨੇ ਅਤੇ ਮਗਰ ਲੈ ਕੈਂਪ ਖਰਾਬ ਆ ਅਤੇ ਹੁਣ 10 ਇੰਚੀ ਬੇਸਾਂ ਚੈੱਕ ਕਰਾਂਗੇ ਆਪਦੇ ਵਾਲਾ ਐਂਪ ਲਾ ਕੇ ਕੋਈ ਬੇਰਾ ਕਰੂਗਾ ਅਤੇ ਆਪਦੇ ਵਾਲਾ ਐਂਪ ਲਾ ਕੇ ਹੁਣ 10 ਇੰਚੀ ਬੇਸਾਂ ਚੈੱਕ ਕਰਦੇ ਹਾਂ ਵੀ ਚੱਲਦੀਆਂ ਕਿ ਨਹੀਂ ਫਿਰ ਦੱਸਦੇ ਹਾਂ ਤੁਹਾਨੂੰ ਇਹਦੀ ਅੱਗੇ ਦੀ ਰਿਪੋਰਟ ਹਾਲੇ ਤੱਕਰ ਦਾ ਤਾਂ ਇੰਨਾ ਕੁ ਕੰਮ ਚੱਲ ਰਿਹਾ ਵਾ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਹਾਈਟੈਕ ਮੇਰੇ ਕੋਲ ਸਾਰੀ ਆਪਣੀ ਹੈ ਨਾ ਮਤਲਬ ਡਿਟੇਲ ਤੁਸੀਂ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਤੇ ਬਾਕੀ ਬਾਈ ਤੁਹਾਨੂੰ ਐਜ਼ ਹੈ ਨਾ ਤੁਹਾਡੇ ਬਿਜ਼ਨਸ ਬਾਰੇ ਪੁੱਛਿਆ ਜਾਵੇ ਕੀ ਹਾਈਟੈਕ ਬ੍ਰਾਂਡ ਦੇ ਵਿੱਚ ਕਦੇ ਡਾਊਨਫਾਲ ਆਇਆ ਕਦੇ ਲੋ ਵੀ ਗ੍ਰੀਨ ਹਾਰਸ ਵੀ ਪਹੁੰਚ ਗਿਆ ਤੇ ਹੁਣ ਹੈਗੀ ਇੰਟਰਵਿਊ ਹੈ ਗਰਾਊਂਡ 'ਚ ਲੈ ਚੱਲੋ ਮੋਟਰਾਂ ਨੂੰ ਹੀ ਖੜਾ ਲਿਆ
ਬਾਕੀ ਰੈੱਡ ਹਾਰਸ ਗ੍ਰੀਨ ਹਾਰਸ ਦੀ ਅੱਜ ਹੈਗੀ ਇੰਟਰਵਿਊ ਹੈ। ਮੈਂ ਆਹ ਚੱਲਿਆ ਅਤੇ ਨੂਰ ਉੱਪਲ ਵਾਲੇ ਟਰੈਕਟਰ ਦਾ ਕੰਮ ਚੱਲੀ ਜਾਂਦਾ ਵਾ। ਮਿੱਤਰੋ ਰੈੱਡ ਹਾਰਸ ਸਟਾਰਟ ਕਰ ਲਿਆ, ਅੱਜ ਹੈਗੀ ਇੰਟਰਵਿਊ, ਬਾਈ ਨੇ ਨਵਾਂ ਹੀ ਕੰਮ ਸ਼ੁਰੂ ਕੀਤਾ ਇੰਟਰਵਿਊ ਕਰਨ ਦਾ, ਅਤੇ ਗ੍ਰੀਨ ਹਾਰਸ ਰੈੱਡ ਹਾਰਸ ਦੀ ਇੰਟਰਵਿਊ ਹੋਣੀ ਅੱਜ ਉੱਥੇ ਚੱਲ ਰਿਹਾ ਗਰਾਊਂਡ ਦੇ ਵਿੱਚ। ਲੋ ਵੀ ਤਾਮਾ ਜਾਮਾ ਸੈੱਟ ਕਰਨ ਲੱਗਿਆ, ਚਾਰ ਕੈਮਰਾਮੈਨ ਬਣੂਗਾ ਅੱਜ, ਹੈਂ ਠੀਕ ਆ, ਡਰਾਈਵਰ ਬਣੂਗਾ। ਹੁਣ ਦੋਨੇ ਟਰੈਕਟਰ ਸੈੱਟ ਕਰਕੇ ਲਾ ਤੇ ਮੈਨੇਜਰ ਬਣ ਗਿਆ। ਬਾਈ ਨੇ ਨਵਾਂ ਹੀ ਕੰਮ ਸ਼ੁਰੂ ਕੀਤਾ, ਬਾਈ ਆਪਦਾ ਚੈਨਲ ਦੱਸਿਓ। ਹੈਰੀ ਬਾਪਲਾ ਵੀਰੇ, ਹੈਰੀ ਬਾਪਲਾ ਬਾਈ ਦਾ ਚੈਨਲ ਆ, ਜਰੂਰ ਇੱਕ ਵਾਰ ਹਨਾ ਭਰ ਕੇ ਸਬਸਕ੍ਰਾਈਬ ਕਰੋ ਯਾਰ, ਦੇਖੋ ਵੀ ਹਾਂ ਵੀ ਕਿਸ ਲੈਵਲ ਦਾ ਇੰਟਰਵਿਊ ਕਰਦੇ, ਵੀ ਕਿੱਦਾਂ ਬੰਦੇ ਹਨਾ 0-2 ਅਪ ਜਾਂਦੇ ਨੇ। ਤੇ ਬਾਈ ਹੁਣਾਂ ਨਾਲ ਵੀ ਅੱਜ ਮੈਂ ਕਰਨ ਆਇਆ ਵੀ ਹਾਂ ਬਾਈ ਹੁਣਾਂ ਨੂੰ ਮੈਂ ਜਾਣਦਾ ਹਨਾ, ਇਨੀਸ਼ੀਅਲ ਟਾਈਮ ਤੋਂ ਇਹਨਾਂ ਦੇ 260 ਸਮਥਿੰਗ ਸੀਗੇ, 280 ਸੀਗੇ, ਤੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਬਾਈ ਦੇ 1,18,000 ਰਹਿ ਗਿਆ ਬਸ, 1,800 ਰਹਿ ਗਿਆ। ਬਾਈ ਮੈਂ ਤਾਂ ਆਹੀ ਕਹਿੰਦਾ ਸਾਰਿਆਂ ਨੇ ਮੇਰੇ ਭਰਾ ਹਨਾ ਬਾਈ ਨੂੰ ਯਾਰ ਸਬਸਕ੍ਰਾਈਬ ਸੋਰੀ ਫੋਲੋ ਕਰੋ ਹਨਾ, ਫਿਰ ਹੋ ਗਿਆ ਜਦੋਂ ਬਾਈ ਹੁਣੇ ਕੇਕ ਕੱਟਣ ਤੇ ਬਾਈ ਹੁਣਾਂ ਨੂੰ ਵੀ ਖੁਸ਼ੀ ਹੋਵੇ, 1,00,000 ਮੇਰੇ ਕਰ ਦੋ, ਡੀਜ਼ਲ ਨਾ ਕੱਟਣਾ ਤੇਰਾ, ਡੀਜ਼ਲ ਤੇਰਾ, ਡੀਜ਼ਲ ਦੀ ਕੈਨ ਗੱਲ ਕਰਨੀ ਆ। ਸਾਲ ਹੋ ਗਏ, 2 ਸਾਲਾਂ ਤੋਂ ਸਟਰਗਲ ਚੱਲਦਾ ਆ ਰਿਹਾ। ਮੈਂ ਇਹਨਾਂ ਨੂੰ ਦੇਖਿਆ ਕੇਰਾ ਸੀ ਨਾ, ਫੋਟੋਆਂ ਖਿੱਚੀਆਂ ਸੀਗੀਆਂ ਉਧਰ ਕਲੋਨੀ ਚ, ਹਾਂ ਖਿੱਚੀਆਂ ਸੀ, ਸਕਾਰਪੀਓ 2 ਗੱਡੀਆਂ ਸੀ, ਹਾਂ ਸੀਗੀਆਂ ਸੀਗੀਆਂ। ਇੱਧਰ ਡੀਜ਼ਲ ਡੀਜ਼ਲ ਲੋਕਾਂ ਕੋਲੇ ਹੈ ਨਹੀਂ, ਇੱਧਰ ਆਪਾਂ ਟਰੈਕਟਰ ਭਜਾਈ ਫਿਰਦੇ ਆ, ਡੀਜ਼ਲ ਦੀਆਂ ਬੋਤਲਾਂ ਐਂ ਕਰਕੇ ਐਂ ਡੋਣੀਆਂ, ਠੀਕ ਹੈ। ਤੇ ਰੈੱਡ ਹਾਰਸ ਪਹਿਲਾਂ ਮੈਂ ਨਾਮ ਰੱਖਣ ਤੋਂ ਪਹਿਲਾਂ ਮੈਂ ਢਾਕਣ ਰੱਖਿਆ ਹੋਇਆ ਸੀਗਾ ਜਦੋਂ ਮੈਂ ਮੋਡੀਫਿਕੇਸ਼ਨ ਸਟਾਰਟ ਕਰਨ ਲੱਗਿਆ ਸੀਗਾ, ਤੇ ਮੈਂ ਫਿਰ ਰੈੱਡ ਹਾਰਸ ਕਰ ਲਿਆ, ਫਿਰ ਮੈਂ ਅਕਸ਼ ਨੂੰ ਬਾਅਦ ਚੋਂ ਮਿਲਿਆ ਵਾ। ਤੇ ਇਹ ਗੱਲ ਉਦੋਂ ਦੀ ਆ, ਅੱਜ ਤੋਂ 1 ਸਾਲ ਪਹਿਲਾਂ ਅਸੀਂ ਸੀਗੇ ਫਤਿਹਗੜ੍ਹ, ਆਪਣੇ ਜਦੋਂ 280 ਫੋਲੋਅਰ ਸੀਗੇ ਉਦੋਂ ਆਪਣੀ ਪਹਿਲੀ ਰੀਲ 100 ਨੰਬਰ ਵਾਲੀ ਚੱਲੀ ਸੀ, ਮੈਂ ਰੀਲਾਂ ਗਿਣਦਾ ਹੁੰਦਾ ਸੀਗਾ, ਜਿਵੇਂ 99 ਰੀਲਾਂ ਮੇਰੀਆਂ ਚੱਲੀਆਂ ਨੀਗੀਆਂ, 100-220 ਹੁੰਦਾ ਸੀਗਾ, ਮੇਰੀ 100ਵੀਂ ਰੀਲ ਚੱਲੀ ਸੀ, 100ਵੀਂ ਨੇ ਮੇਰੇ 4-5,000 ਫੋਲੋਅਰ ਕਰਤੇ ਉੱਥੋਂ। ਲਓ ਵੀ ਮੇਰੇ ਵੀਰੇ ਉਹ ਘਰੇ ਆ ਗਏ, ਇੰਟਰਵਿਊ ਹੋ ਗਈ ਕੰਪਲੀਟ, ਤਾਂ ਮੈਂ ਮਰ ਚਰਨ ਆਪਾਂ ਵੀ ਲੈ ਕੇ ਆਈਆ ਕੁਛ, ਇਹ ਹੈਗਾ ਆਪਣੇ ਘਰੇ, ਮੇਰੇ ਕੋਲ ਹੈਗਾ, ਮੇਰੇ ਕੋਲ ਵੀ ਹੈਗਾ ਛੋਟਾ ਵਾ। ਤੇ ਲਓ ਵੀ ਕਹਿੰਦੇ ਇੰਟਰਵਿਊ ਆਪਣੀ ਹੋ ਗਈ, ਤੇ ਹੁਣ ਆਪਾਂ ਚੱਲੇ ਘੋੜੀਆਂ ਕੱਢਣ, ਅੱਜ ਘੋੜਿਆਂ 'ਤੇ ਗੇੜਾ ਦਿੰਦੇ ਹਾਂ। ਹੋਰ ਬਾਈ ਸੈੱਟ ਹੋ, ਹੁਣ ਦਿੰਦੇ ਹਾਂ ਜਾ ਕੇ ਘੋੜਿਆਂ 'ਤੇ ਗੇੜਾ, ਰੈੱਡ ਹਾਰਸ ਘਰੇ ਲਾ ਤਾ ਵੀ ਕਹਿੰਦੇ ਚੋਪਰ ਕੋਲ ਫੇਰ ਆ ਕੇ। ਹੁਣ ਹਾਈ ਟੈਕ ਵੀਰਾ ਦੱਸੋ ਇਹਨੂੰ ਹੋਇਆ ਕੀ, ਅੱਜ ਕੀ ਪਤਾ ਲੱਗਿਆ ਉਹ ਦੱਸ ਦਿਓ। 2 12 ਇੰਚ ਖੜੇ ਹੋਏ ਆ ਤੇ 10 ਇੰਚ ਵਿੱਚ 2 ਤੋਂ ਖੜੇ ਹੋਏ ਆ, ਠੀਕ ਆ। ਮੂਹਰੇ ਮੇਨ ਕੈਂਪ ਲੱਗਿਆ ਉਹ ਖੜਿਆ ਹੋਇਆ, ਸ਼ਿਕਾਗੋ ਮੂਆ ਲੜੀਓ, ਹੁਣ ਚੈੱਕ ਕੱਲੂ ਕਰਾਂਗੇ ਬਾਕੀ, ਹਾਂ ਹੁਣ ਬਾਕੀ ਕੱਲੂ ਕਰਾਂਗੇ, ਹੁਣ ਚੋਪਰ ਨੂੰ ਕਿਹੜਾ ਘਰੇ ਲਾ ਦਈਏ ਚੱਲ ਚੱਲ ਵੀ। ਟਰੈਕਟਰ ਲਿਆ ਏ ਚੋਪਰ ਮਗਰ ਮਗਰ ਉਹਦਾ, ਬਾਕੀ ਸ਼ਾਇਦ ਹੁਣ ਆਪਾਂ ਘੋੜੇ ਕੱਢਦੇ ਹਾਂ, ਘੋੜਿਆਂ 'ਤੇ ਚੱਲਿਆ ਗੇੜਾ ਇੱਕ ਅੱਧਾ, ਖਾਸੇ ਦਿਨ ਹੋ ਗਏ ਮੋਟਰਸਾਈਕਲ ਤੇ ਬਾਈ ਉੱਡਦੇ ਆਏ ਆ, ਤੇ ਚੋਪਰ ਵੀ ਮਗਰ ਮਗਰ ਹੈ, ਉਹ ਚੋਪਰ ਲਈ ਆਉਂਦਾ ਵਾ, ਡਰਾਈਵਰ ਦਾ ਨਹੀਂ ਪਤਾ ਕਿੱਥੇ ਆ। ਮੇਰੇ ਵੀਰੇ 7 ਵੱਜ ਗਏ ਨੇ, ਚੋਪਰ ਤੇ ਗ੍ਰੀਨ ਹਾਰਸ ਇੱਧਰ ਲੈ ਆਉਂਦੇ ਸੀ, ਰੈੱਡ ਹਾਰਸ ਘਰੇ ਲੈ ਆਉਂਦਾ ਸੀਗਾ, ਟਾਈਮ ਤਾਂ 6:48 ਹੋਇਆ, 48 12 ਮਿੰਟ ਦਾ ਫਰਕ ਨਹੀਂ, 12 ਮਿੰਟ ਦਾ ਫਰਕ ਕਿਵੇਂ, ਤੂੰ ਆਪਣੇ ਬੰਦੇ ਨੂੰ 12 ਮਿੰਟ ਲਈ ਗੁਮਰਾਹ ਕਰ ਰਿਹਾ, ਤੈਨੂੰ ਪਤਾ ਇਹ ਚੀਜ਼ ਦਾ ਨਹੀਂ, ਚਾਰ ਮੈਨੂੰ ਨਹੀਂ ਪਤਾ ਇਹ, ਫਿਰ ਤੂੰ ਇਹ ਚੀਜ਼ ਕਹਿ ਕਿਵੇਂ ਰਿਹਾ, ਤੇ 6:48 ਕਹਿਣਾ ਹੀ ਨਹੀਂ ਆਉਂਦਾ, 6:48 50 ਜੀ ਤੇ ਕਹਿ ਤੂੰ ਅਸੀਂ ਬਾਲਣ ਬਾਹਰ ਲੈ ਜਾਣਾ, ਓ ਯਾ ਯਾ ਯਾ। ਤੇ ਬਾਕੀ ਟਰੈਕਟਰ ਆਪਣੇ ਖੜੇ ਆ ਇੱਥੇ, ਉਹ ਧੁੱਪ ਆ ਗਈ ਹੈ, ਧੁੱਪ ਆ ਗਈ ਅਕਸ਼ ਕਹਿੰਦਾ, ਧੁੱਪ ਆ ਗਈ ਸੀ ਤੇ ਡੈਗ ਵੀ ਚੱਲਿਆ ਬੰਦਾ ਹਨਾ, ਡਰਾਈਵਰ ਨਵੀਂ ਆਊ, ਡਰਾਈਵਰ ਨੀ ਕਹਿ ਸਕਦਾ ਹੈਗਾ, ਨਹੀਂ ਨਹੀਂ ਹੋਰ ਕਿਸੇ ਨੇ ਕਿਹਾ ਸੀਗਾ, ਕਾਹਦਾ ਡਰਾਈਵਰ ਆ, ਨਹੀਂ ਉਹਨੇ ਕਿਹਾ ਸੀਗਾ, ਤੂੰ ਡਰਾਈਵਰ ਕਾਹਦਾ ਇਹ ਦੱਸ, ਵੀ ਕਹਿੰਦੇ ਹੁਣ ਚੋਪਰ ਆਪਾਂ ਇਹਦੀ ਜਗ੍ਹਾ ਤੇ ਲਾ ਦਈਏ, ਹੈ ਨਾਲੇ ਇਹ ਲੱਗਿਆ ਹੁੰਦਾ ਪਿੱਛੇ, ਸਵੇਰੇ ਲੈ ਕੇ ਜਾਣਾ ਸਾਜਰੇ, ਠੀਕ ਆ ਇਹਨੂੰ ਸਾਜਰੇ ਲੈ ਕੇ ਜਾਣਾ, ਆ ਚੋਪਰ ਨੂੰ, ਤੇ ਚੋਪਰ ਨੂੰ ਸਵੇਰੇ ਸਾਜਰੇ ਹਾਈ ਟੈਕ ਮੇਰੇ ਕੋਲ ਲੈ ਕੇ ਆਣਾ, ਇਹਨੂੰ ਫਿਰ ਪਿੱਛੇ ਲਾ ਦੇਣਾ, ਇਹਨੂੰ ਮੂਹਰੇ ਲਾ ਲਾਂਗੇ ਵੀ ਇਹ ਛੇਤੀ ਨਿਕਲ ਜਾਵੇ, ਚੱਲ ਲਾ ਦੇ ਬੈਕ ਬੂਕ ਕਰ ਲਈਏ ਇਹਨੂੰ, ਗ੍ਰੀਨ ਹਾਰਸ ਚੱਲਿਆ ਆਪਦੀ ਜਗ੍ਹਾ ਤੇ, ਫਿਰ ਚੋਪਰ ਨੂੰ ਵੀ ਲਾਉਂਦੇ ਆ ਉੱਥੇ,
ਲਾਉਂਦਾ ਹੋਵੇ ਹੁਣ ਗ੍ਰੀਨ ਹਾਊਸ ਦਾ ਲਾਦਾ ਅੰਦਰ ਹੁਣ ਚੋਬਰ ਲਾਉਣੇ ਆ ਆਉਣਦੇ ਆਉਣਦੇ ਚੱਲ ਚੈਨਲ ਵੈਸੇ ਦੱਸੀ ਦਿੱਤਾ ਇਸੇ ਵਲੋਗ ਦੇ ਵਿੱਚ ਲਾਓ ਵੀ ਕਹਿੰਦੇ ਇੱਧਰ ਅਸੀਂ ਧੂਣੀ ਲਾਈ ਬੈਠੇ ਸੀਗੇ ਹੋਰ ਫੇਰ ਚੱਲ ਕੀ ਕਰੀ ਗੱਠ ਮਾੜੀ ਮਗਰ ਬਸ ਬਸ ਬਹੁਤ ਆ ਨਹੀਂ ਨਹੀਂ ਪਾਣੀ ਪਾ ਦੋ ਬਰੀਕੀ ਨਾਲ ਜਬਰ ਜੰਗ ਓ ਕਿਵੇਂ ਆ ਜਬਰ ਜੰਗ ਆ ਗਿਆ ਇਹ ਦੰਦੀ ਵੱਢਣ ਲੱਗ ਗਿਆ ਵਿੱਚ ਵਿੱਚ ਠੀਕ ਆ ਹੈ ਜਾਵਾਜ਼ ਆ ਵਾ ਇੱਧਰ ਕਿਹੜਾ ਵਾ ਯੋਧਾ ਸੀਗਾ ਨਾਮ ਹੀ ਭੁੱਲ ਗਿਆ ਹੋਰ ਯਾਰ ਨਾਮ ਯੋਧਾ ਨੂੰ ਤੂੰ ਕਿਵੇਂ ਭੁੱਲ ਗਿਆ ਯੋਧਾ ਤਾਂ ਮੇਰਾ ਆੜੀ ਸੀ ਸੱਚ ਆੜੀ ਕਿਵੇਂ ਸਿਹਤ ਦੱਸ ਮਾੜਾ ਆ ਚੱਕ ਕੇ ਮਾਰਿਆ ਇਹਨੇ ਕੰਧ ਜਿਵੇਂ ਯੋਧੇ ਨੇ ਮੇਰੇ ਸੱਟ ਮਰਵਾਤੀ ਸੀਗੀ ਜੋ ਪਹਿਲਾਂ ਰਾਈਡਿੰਗ ਕਰਨ ਲੱਗਾ ਇਹਨੇ ਮੈਨੂੰ ਛੱਡਤਾ ਸੀਗਾ ਕੰਧ ਚ ਵੱਜਿਆ ਸੀ ਮੈਂ ਉਦੋਂ